ਤੁਹਾਡਾ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਆਪਾਂ ਜਿਹੜੀ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ, ਪੁੱਛੋ ਸਵਾਲ ਮਿਲੇਗਾ ਜਵਾਬ, ਉਸ ਲੜੀ ਦਾ 24ਵਾਂ ਸਵਾਲ ਲੈ ਕੇ ਅੱਜ ਮੈਂ ਆਪ ਸਭਨਾਂ ਦੇ ਸਾਹਮਣੇ ਹਾਜ਼ਰ ਹਾਂ। ਸਵਾਲ ਪੁੱਛਣ ਵਾਲੇ ਨੇ ਜੱਸੀ ਸਿੰਘ, ਇਹਨਾਂ ਦਾ ਸਵਾਲ ਹੈ ਕਿ ਬੀਬੀ ਭੈਣ ਤਨ ਉੱਤੇ ਗਹਿਣਿਆਂ ਦਾ ਸ਼ਿੰਗਾਰ ਕਰ ਸਕਦੀ ਹੈ? ਕੀ ਗਹਿਣਿਆਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਹੈ? ਹੁਣ ਸਵਾਲ ਤਾਂ ਬਾ ਕਮਾਲ ਹੈ। ਆਮ ਕਰਕੇ ਇਹ ਭੈਣਾਂ ਦੇ ਵੱਲੋਂ ਵੀ ਸਵਾਲ ਕੀਤਾ ਜਾਂਦਾ ਹੈ ਕਿ ਅਸੀਂ ਸ਼ਿੰਗਾਰ ਕਰ ਸਕਦੀਆਂ ਹਾਂ, ਕਿ ਅਸੀਂ ਗਹਿਣੇ ਤਨ ਦੇ ਉੱਤੇ ਪਾ ਸਕਦੀਆਂ ਹਾਂ ਜਾਂ ਨਹੀਂ ਪਾ ਸਕਦੀਆਂ। ਵੇਖੋ, ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਖਵਾਉਂਦੇ ਨੇ ਨਾ, ਇਹ ਉਹਨਾਂ ਲੋਕਾਂ ਦੀ ਵਿਚਾਰ ਹੈ। ਉਹਨਾਂ ਲੋਕਾਂ ਨੇ ਇਸ ਚੀਜ਼ ਨੂੰ ਧਰਮ ਬਣਾ ਕੇ ਰੱਖ ਦਿੱਤਾ ਕਿ ਜੇ ਤੁਸੀਂ ਆਪਣੇ ਤਨ ਦੇ ਉੱਤੇ ਗਹਿਣੇ ਨਹੀਂ ਪਾਉਂਦੇ ਪਏ ਤਾਂ ਤੁਸੀਂ ਧਰਮੀ ਹੋ, ਅਤੇ ਜੇ ਤੁਸੀਂ ਗਹਿਣੇ ਪਾ ਲਏ ਨੇ ਤਾਂ ਫਿਰ ਤੁਸੀਂ ਅਧਰਮੀ ਹੋ। ਪਰ ਜਿਸ ਧਰਮ ਦੀ ਗੱਲ ਗੁਰਬਾਣੀ ਨੇ ਕੀਤੀ ਹੈ, ਉਹ ਧਰਮ ਤਾਂ ਗੁਣਾਂ ਵਾਲਾ ਧਰਮ ਹੈ। ਇੱਕ ਧਰਮ ਤਾਂ ਉਹ ਹੈ ਨਾ ਜਿਹੜਾ ਜਥੇਬੰਦੀਆਂ ਨੇ ਆਪੋ ਆਪਣਾ ਘੜ ਲਿਆ, ਜਿਹੜਾ ਲੋਕਾਂ ਨੇ ਜਾਂ ਪੁਜਾਰੀਆਂ ਨੇ ਜਾਂ ਧਰਮ ਦੇ ਠੇਕੇਦਾਰਾਂ ਨੇ ਆਪੋ ਆਪਣਾ ਧਰਮ ਬਣਾਇਆ ਹੋਇਆ। ਇੱਕ ਧਰਮ ਤਾਂ ਉਹ ਹੈ, ਠੀਕ ਹੈ ਜੀ। ਅਤੇ ਜਿਸ ਧਰਮ ਦੀ ਗੱਲ ਗੁਰਬਾਣੀ ਦੇ ਵਿੱਚ ਕੀਤੀ ਗਈ ਹੈ, ਉਹ ਧਰਮ ਇਹਨਾਂ ਪੁਜਾਰੀਆਂ ਦੇ ਧਰਮ ਦੇ ਨਾਲੋਂ ਬਿਲਕੁਲ ਵੱਖਰਾ ਹੈ। ਉਹ ਧਰਮ ਕਿਹੜਾ ਹੈ? ਉਹ ਧਰਮ ਹੈ ਏਕੋ ਧਰਮ ਦ੍ਰਿੜੈ ਸੱਚ ਕੋਈ। ਇੱਥੇ ਸੱਚ ਨੂੰ ਧਰਮ ਕਿਹਾ ਗਿਆ, ਸੱਚ ਨੂੰ ਜੀਵਨ ਵਿੱਚ ਕਮਾਉਣਾ, ਇਹਨੂੰ ਧਰਮ ਕਿਹਾ ਗਿਆ ਹੈ। ਜਾਂ ਗੁਰਬਾਣੀ ਦੇ ਵਿੱਚ ਇਹ ਵਾਕ ਵੀ ਆਏ ਨੇ, ਸਰਬ ਧਰਮ ਮੈਂ ਸ਼੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਜਿੰਨੇ ਵੀ ਧਰਮ ਇਹ ਦੁਨੀਆਂ ਦੇ ਲੋਕਾਂ ਨੇ ਆਪੋ ਆਪਣੇ ਹਿਸਾਬ ਨਾਲ ਬਣਾ ਲਏ ਨੇ, ਇਹਨਾਂ ਸਾਰਿਆਂ ਦੇ ਸਾਰੇ ਧਰਮਾਂ ਦੇ ਨਾਲੋਂ ਇੱਕ ਉੱਤਮ ਧਰਮ ਹੈ, ਉਹ ਧਰਮ ਕਿਹੜਾ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਕਿ ਹਰ ਕੋ ਨਾਮ ਜਪ ਭਾਵ ਗੁਣਾਂ ਨੂੰ ਜੀਵਨ ਵਿੱਚ ਲੈ ਕੇ ਆ, ਸੱਤ ਨੂੰ, ਸੰਤੋਖ ਨੂੰ, ਦਇਆ ਨੂੰ, ਧੀਰਜ ਨੂੰ, ਇਮਾਨਦਾਰੀ ਨੂੰ, ਇਹਨਾਂ ਗੁਣਾਂ ਨੂੰ ਜੀਵਨ 'ਚ ਲੈ ਕੇ ਆ, ਅਤੇ ਇਹਨਾਂ ਗੁਣਾਂ ਦੇ ਮੁਤਾਬਕ ਤੂੰ ਨਿਰਮਲ ਕਰਮ ਕਰ, ਭਾਵ ਮੈਲ ਤੋਂ ਰਹਿਤ ਕਰਮ ਕਰ, ਨੇਕ ਕਰਮ ਕਰ। ਹੁਣ ਗੁਰਬਾਣੀ ਨੇ ਗੁਣਾਂ ਨੂੰ ਜੀਵਨ 'ਚ ਕਮਾਉਣਾ ਅਤੇ ਗੁਣਾਂ ਦੇ ਅਕੋਰਡਿੰਗ ਨੇਕ ਕਰਮ, ਚੰਗੇ ਕਰਮ ਕਰਨੇ, ਇਸ ਨੂੰ ਧਰਮ ਦਾ ਨਾਮ ਦਿੱਤਾ ਹੈ। ਵੇਖੋ, ਜਿਹੜਾ ਮਨੁੱਖ ਇਸ ਧਰਮ ਨੂੰ ਕਮਾ ਰਿਹਾ ਨਾ, ਉਹ ਤਨ ਦੇ ਉੱਤੇ ਫਿਰ ਉਹਨੇ ਭਾਵੇਂ ਗਹਿਣੇ ਪਾਏ ਨੇ ਜਾਂ ਨਹੀਂ ਪਾਏ, ਹਾਰ ਸ਼ਿੰਗਾਰ ਕੀਤਾ ਹੈ ਜਾਂ ਨਹੀਂ ਕੀਤਾ, ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ, ਠੀਕ ਹੈ ਜੀ। ਇਹ ਗੱਲ ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜੀ ਬੀਬੀ ਤਨ ਦੇ ਉੱਤੇ ਗਹਿਣੇ ਨਹੀਂ ਪਾਉਂਦੀ, ਕੋਈ ਹਾਰ ਸ਼ਿੰਗਾਰ ਨਹੀਂ ਕਰਦੀ, ਅਤੇ ਉਹ ਬਹੁਤ ਵੱਡੀ ਕਿਤੇ ਧਰਮੀ ਹੋ ਜਾਂਦੀ ਹੈ, ਵੀ ਉਹਦੇ ਵਰਗੀ ਮਹਾਨ ਔਰਤ ਤਾਂ ਦੁਨੀਆਂ ਦੇ ਉੱਤੇ ਕੋਈ ਹੋਣੀ ਨਹੀਂ, ਇਹੋ ਜਿਹੀ ਵੀ ਕੋਈ ਗੱਲ ਨਹੀਂ ਹੈ। ਜਿਹੜੀ ਬੀਬੀ ਨੇ ਦੁਮਾਲਾ ਬੰਨ ਲਿਆ ਜਾਂ ਆਪਣੇ ਤਨ ਦੇ ਉੱਤੇ ਕੋਈ ਧਾਰਮਿਕ ਚਿੰਨ੍ਹ ਧਾਰਨ ਕਰ ਲਏ ਨੇ ਅਤੇ ਆਪਣੇ ਆਪ ਨੂੰ ਉਹ ਸੋਚੇ ਕਿ ਮੈਂ ਬਹੁਤ ਵੱਡੀ ਧਰਮੀ ਹੋ ਗਈ, ਇਹ ਵੀ ਕੋਈ ਇਹੋ ਜਿਹੀ ਵਿਚਾਰ ਨਹੀਂ ਹੈ। ਗੁਰਬਾਣੀ ਵਿੱਚ ਕਿਤੇ ਵੀ ਇੱਦਾਂ ਦੀ ਗੱਲ ਨਹੀਂ ਆਖੀ ਗਈ ਕਿ ਦੁਮਾਲਾ ਬੰਨਣ ਵਾਲੀ ਬੀਬੀ ਜਿਹੜੀ ਹੈ ਜਾਂ ਧਾਰਮਿਕ ਚਿੰਨ੍ਹ ਧਾਰਨ ਕਰਨ ਵਾਲੀ ਬੀਬੀ ਜਿਹੜੀ ਹੈ ਉਹ ਬਹੁਤ ਮਹਾਨ ਹੋ ਜਾਂਦੀ ਹੈ। ਹਰ ਪਾਸੇ ਗੱਲ ਜਿਹੜੀ ਹੈ ਨਾ ਉਹ ਗੁਣਾਂ ਦੀ ਗੱਲ ਹੈ ਕਿ ਜੇ ਤਾਂ ਸਾਡੇ ਜੀਵਨ ਦੇ ਵਿੱਚ ਚੰਗੇ ਗੁਣ ਹੈਗੇ ਨੇ, ਸੱਤ, ਸੰਤੋਖ, ਦਇਆ, ਧੀਰਜ, ਇਹ ਜਿਹੜੇ ਚੰਗੇ ਗੁਣ ਜੇ ਸਾਡੇ ਜੀਵਨ ਦੇ ਵਿੱਚ ਹੈਗੇ ਨੇ ਤਾਂ ਗੁਰਬਾਣੀ ਸਾਨੂੰ ਧਰਮੀ ਕਹਿੰਦੀ ਹੈ। ਜੇ ਸਾਡੇ ਜੀਵਨ ਦੇ ਵਿੱਚ ਸੱਚ ਹੈਗਾ ਏ ਤਾਂ ਗੁਰਬਾਣੀ ਸਾਨੂੰ ਧਰਮੀ ਕਹਿੰਦੀ ਹੈ। ਕੇਵਲ ਬਾਹਰੋਂ ਦੁਮਾਲਾ ਬੰਨਣ ਦੇ ਨਾਲ ਜਾਂ ਧਾਰਮਿਕ ਚਿੰਨ੍ਹ ਪਾਉਣ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ। ਗੁਰਬਾਣੀ ਇਸ ਗੱਲ ਦੇ ਉੱਤੇ ਕਿਤੇ ਵੀ ਮੋਹਰ ਨਹੀਂ ਲਾਉਂਦੀ ਕਿ ਬਾਹਰੋਂ ਦੀ ਤੁਸੀਂ ਆ ਦੁਮਾਲਾ ਬੰਨ ਲਿਆ ਅਤੇ ਧਾਰਮਿਕ ਚਿੰਨ੍ਹ ਪਾ ਲਏ ਅਤੇ ਤੁਸੀਂ ਧਰਮੀ ਹੋ ਗਏ, ਇਹੋ ਜਿਹੀ ਗੱਲ ਨਹੀਂ ਹੈ। ਗੱਲ ਹੈ ਗੁਣਾਂ ਨੂੰ ਧਾਰਨ ਕਰਨ ਦੀ। ਜੇ ਦੁਮਾਲੇ ਵਾਲੀ ਬੀਬੀ ਗੁਣ ਧਾਰਨ ਕਰਦੀ ਹੈ, ਧਾਰਮਿਕ ਚਿੰਨ੍ਹ ਪਾਉਣ ਵਾਲੀ ਬੀਬੀ ਗੁਣ ਧਾਰਨ ਕਰਦੀ ਹੈ ਤਾਂ ਉਹ ਧਰਮੀ ਹੈ। ਇਸੇ ਤਰੀਕੇ ਦੇ ਨਾਲ ਜੇ ਕੋਈ ਭੈਣ ਆਪਣੇ ਤਨ ਦੇ ਉੱਤੇ ਗਹਿਣੇ ਪਾਉਂਦੀ ਪਈ ਹੈ, ਕੋਈ ਹਾਰ ਸ਼ਿੰਗਾਰ ਕਰਦੀ ਪਈ ਹੈ, ਜੇ ਉਹ ਵੀ ਆਪਣੇ ਜੀਵਨ ਦੇ ਵਿੱਚ ਗੁਣਾਂ ਨੂੰ ਕਮਾ ਲੈਂਦੀ ਹੈ ਤਾਂ ਉਹ ਵੀ ਧਰਮੀ ਹੋ ਸਕਦੀ ਹੈ। ਅਤੇ ਜੇ ਉਸ ਬੀਬੀ ਨੇ ਵੀ ਆਪਣੇ ਜੀਵਨ ਦੇ ਵਿੱਚ ਗੁਣਾਂ ਨੂੰ ਨਹੀਂ ਕਮਾਇਆ, ਸਾਰੇ ਦਾ ਸਾਰਾ ਜ਼ੋਰ ਜਿਹੜਾ ਹੈ ਉਹਦਾ ਕਿੱਥੇ ਲੱਗਾ ਹੋਇਆ? ਹਾਰ ਸ਼ਿੰਗਾਰ ਕਰਨ ਦੇ ਉੱਤੇ, ਗਹਿਣਿਆਂ ਦੇ ਉੱਤੇ ਹੀ ਸਾਰੇ ਦਾ ਸਾਰਾ ਜ਼ੋਰ ਲੱਗ ਗਿਆ ਅਤੇ ਉਹ ਵੀ ਧਰਮੀ ਨਹੀਂ ਹੈ, ਠੀਕ ਹੈ ਨਾ। ਇਸ ਕਰਕੇ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਧਰਮ ਜਿਹੜਾ ਹੈ ਉਹ ਗੁਣਾਂ ਤੋਂ ਪੈਦਾ ਹੁੰਦਾ ਹੈ। ਸੋ ਜੱਸੀ ਸਿੰਘ ਵੀਰ, ਤੁਸੀਂ ਜਿਹੜਾ ਇਹ ਸਵਾਲ ਪੁੱਛਿਆ ਨਾ ਕਿ ਬੀਬੀ ਭੈਣ ਤਨ ਉੱਤੇ ਗਹਿਣਿਆਂ ਦਾ ਸ਼ਿੰਗਾਰ ਕਰ ਸਕਦੀ ਹੈ, ਹਾਂ ਠੀਕ ਹੈ, ਕਰ ਲਵੇ, ਉਹਦੇ ਨਾਲ
ਜਿਹੜਾ ਧਰਮ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਉਸ ਧਰਮ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਗਹਿਣਿਆਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਹੈ। ਨਹੀਂ ਜੀ, ਜਿਸ ਧਰਮ ਦੀ ਗੱਲ ਗੁਰਬਾਣੀ ਵਿੱਚ ਕੀਤੀ ਗਈ ਹੈ ਉਸ ਧਰਮ ਦਾ ਅਤੇ ਗਹਿਣਿਆਂ ਦਾ ਆਪਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਪਰ ਜਿਹੜਾ ਧਰਮ ਪੁਜਾਰੀ ਲੋਕਾਂ ਨੇ ਬਣਾਇਆ ਹੋਇਆ ਹੈ, ਧਰਮ ਦੇ ਠੇਕੇਦਾਰਾਂ ਨੇ ਬਣਾਇਆ ਹੋਇਆ ਹੈ, ਜਿਹੜੀਆਂ ਉਹਨਾਂ ਦੀਆਂ ਮਾਨਤਾਵਾਂ ਨੇ, ਹਾਂ ਆਪਣੀਆਂ ਮਾਨਤਾਵਾਂ ਦੇ ਹਿਸਾਬ ਦੇ ਨਾਲ ਉਹ ਲੋਕ ਇਹ ਗੱਲ ਕਹਿ ਸਕਦੇ ਨੇ ਕਿ ਜਿਹੜੀ ਬੀਬੀ ਤਨ ਉੱਤੇ ਗਹਿਣੇ ਪਾਉਂਦੀ ਹੈ ਜਾਂ ਹਾਰ ਸ਼ਿੰਗਾਰ ਕਰਦੀ ਹੈ ਉਹ ਬੀਬੀ ਧਰਮੀ ਨਹੀਂ ਹੈ, ਉਹ ਅੱਤ ਦੀ ਮਾੜੀ ਹੈ, ਉਹ ਅੱਤ ਦੀ ਭੈੜੀ ਹੈ। ਇਹ ਉਹਨਾਂ ਲੋਕਾਂ ਦੀਆਂ ਵਿਚਾਰਾਂ ਹੋ ਸਕਦੀਆਂ ਨੇ, ਪਰ ਗੁਰਬਾਣੀ ਦੇ ਵਿੱਚ ਇਹੋ ਜਿਹੀ ਵਿਚਾਰਧਾਰਾ ਕਿਤੇ ਵੀ ਨਹੀਂ ਦਿੱਤੀ ਗਈ ਕਿ ਜਿੱਥੇ ਗਹਿਣੇ ਪਾਉਣ ਦੀ ਕਿਤੇ ਮਨਾਹੀ ਕੀਤੀ ਗਈ ਹੋਵੇ। ਇਹ ਪੁਜਾਰੀਆਂ ਦੀ ਆਪਣੀ ਵਿਚਾਰ ਹੈ, ਧਰਮ ਦੇ ਠੇਕੇਦਾਰਾਂ ਦੀ ਆਪਣੀ ਵਿਚਾਰ ਹੈ। ਹੁਣ ਉਹਨਾਂ ਲੋਕਾਂ ਨੇ ਇਹ ਵਿਚਾਰਧਾਰਾ ਆਪਣੀ ਕਿਉਂ ਬਣਾਈ, ਉਹਦੇ ਪਿੱਛੇ ਵੀ ਇੱਕ ਕਾਰਨ ਹੈ, ਕਿਉਂਕਿ ਉਹ ਲੋਕ ਆਪਣੇ ਆਪ ਨੂੰ ਵੱਖਰਾ ਦੱਸਣਾ ਚਾਹੁੰਦੇ ਨੇ, ਆਪਣੇ ਆਪ ਨੂੰ ਵੱਡਾ ਦੱਸਣਾ ਚਾਹੁੰਦੇ ਨੇ। ਇਸ ਕਰਕੇ ਉਹਨਾਂ ਨੇ ਕੀਤਾ ਕਿ ਜਿਹੜੀ ਬੀਬੀ ਹਾਰ ਸ਼ਿੰਗਾਰ ਕਰਦੀ ਪਈ ਹੈ, ਠੀਕ ਹੈ ਜੀ, ਆਮ ਨੋਰਮਲ ਕੱਪੜੇ ਪਾ ਰਹੀ ਹੈ, ਜਾਂ ਸਾਡਾ ਕੋਈ ਵੀਰ ਹੈ ਜਿਹੜਾ ਪੈਂਟ ਸ਼ਰਟ ਪਾ ਰਿਹਾ ਹੈ, ਜਿਹੜਾ ਕੋਟ ਪੈਂਟ ਪਾ ਰਿਹਾ, ਹੁਣ ਇਹ ਲੋਕ ਕੀ ਕਰਦੇ ਨੇ, ਆਪਣੇ ਆਪ ਨੂੰ ਵੱਡਾ ਦੱਸਣਾ ਚਾਹੁੰਦੇ ਨੇ, ਆਪਣੇ ਆਪ ਨੂੰ ਮਹਾਨ ਦੱਸਣਾ ਚਾਹੁੰਦੇ ਨੇ। ਇਸ ਕਰਕੇ ਨਾ ਆਪਣਾ ਵੱਖਰਾ ਜਿਹਾ ਇਹ ਭੇਖ ਬਣਾਉਂਦੇ ਨੇ, ਭਾਵ ਦੁਨੀਆ ਦੇ ਨਾਲੋਂ ਡਿਫਰੈਂਟ ਜਿਹੋ ਜਿਹੇ ਕੱਪੜੇ ਆਮ ਲੋਕ ਪਾ ਰਹੇ ਨੇ, ਇਹ ਕਹਿੰਦੇ ਅਸੀਂ ਉਹੋ ਜਿਹੇ ਨਾਲ ਲੱਗੀਏ, ਠੀਕ ਹੈ ਨਾ, ਕਿਉਂਕਿ ਇਹ ਵੱਖਰਾ ਦੱਸਣਾ ਚਾਹੁੰਦੇ ਨੇ, ਆਪਣੇ ਆਪ ਨੂੰ ਮਹਾਨ ਦੱਸਣਾ ਚਾਹੁੰਦੇ ਨੇ, ਅਤੇ ਵੱਖਰੇ ਜਿਹੇ ਕੱਪੜੇ ਪਾ ਕੇ, ਵੱਖਰਾ ਜਿਹਾ ਪਹਿਰਾਵਾ ਪਾ ਕੇ, ਆਮ ਲੋਕਾਂ ਦੇ ਨਾਲੋਂ ਵੱਖਰੇ ਜਿਹੇ ਦਿਸ ਕੇ, ਇਹ ਬਸ ਇਹ ਭਰਮ ਪਾਲੀ ਬੈਠੇ ਨੇ ਕਿ ਅਸੀਂ ਬਹੁਤ ਵੱਡੇ ਧਰਮੀ ਹਾਂ, ਅਤੇ ਆਹ ਜਿਹੜੇ ਲੋਕ ਪੈਂਟ ਸ਼ਰਟ ਪਾ ਰਹੇ ਨੇ, ਕੋਟ ਪੈਂਟ ਪਾ ਰਹੇ ਨੇ, ਜਾਂ ਜਿਹੜੀ ਬੀਬੀ ਗਹਿਣੇ ਪਾਉਂਦੀ ਪਈ ਹੈ, ਹਾਰ ਸ਼ਿੰਗਾਰ ਕਰਦੀ ਪਈ ਹੈ, ਅਤੇ ਉਹ ਧਰਮੀ ਨਹੀਂ ਹੋ ਸਕਦੀ। ਇਹਨਾਂ ਲੋਕਾਂ ਦੀ ਇਹ ਆਪਣੀ ਵਿਚਾਰਧਾਰਾ ਹੋ ਸਕਦੀ ਹੈ, ਪਰ ਇਹ ਗੁਰਮਤ ਦੀ ਵਿਚਾਰਧਾਰਾ ਕਿਤੇ ਵੀ ਨਹੀਂ ਹੈਗੀ। ਕੋਈ ਸਾਡਾ ਵੀਰ ਪੈਂਟ ਸ਼ਰਟ ਪਾਵੇ, ਕੋਟ ਪੈਂਟ ਪਾਵੇ, ਸਾਡੀ ਕੋਈ ਭੈਣ ਗਹਿਣੇ ਪਾਵੇ, ਹਾਰ ਸ਼ਿੰਗਾਰ ਕਰੇ, ਗੁਰਮਤ ਨੂੰ ਇਹਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਨਹੀਂ ਹੈ। ਲਾਸਟ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣੀ ਚਾਹਾਂਗਾ ਕਿ ਜਿਹੜੀਆਂ ਭੈਣਾਂ ਨੇ ਹਾਰ ਸ਼ਿੰਗਾਰ ਕਰਨੇ ਬੰਦ ਕਰ ਦਿੱਤੇ ਨੇ, ਆਪਣੇ ਤਨ ਦੇ ਉੱਤੇ ਗਹਿਣੇ ਪਾਉਣੇ ਬੰਦ ਕਰ ਦਿੱਤੇ ਨੇ, ਉਹ ਇਹ ਨਾ ਸੋਚਣ ਕਿ ਅਸੀਂ ਬਹੁਤ ਵੱਡੀਆਂ ਕਿਤੇ ਧਰਮੀ ਹਾਂ, ਅਤੇ ਜਿਹੜੀਆਂ ਭੈਣਾਂ ਤਨ ਉੱਤੇ ਗਹਿਣੇ ਪਾਉਂਦੀਆਂ ਨੇ, ਹਾਰ ਸ਼ਿੰਗਾਰ ਕਰਦੀਆਂ ਨੇ, ਉਹ ਬਹੁਤ ਅੱਤ ਦੀਆਂ ਭੈੜੀਆਂ ਨੇ। ਨਹੀਂ, ਐਸੀ ਗੱਲ ਨਹੀਂ ਹੈ, ਗੁਣਾ ਕਰਕੇ ਧਰਮੀ ਹੋਇਆ ਜਾਂਦਾ ਹੈ। ਜੇ ਤੁਹਾਡੇ ਜੀਵਨ 'ਚ ਚੰਗੇ ਗੁਣ ਹੈਗੇ ਨੇ ਤਾਂ ਤੁਸੀਂ ਧਰਮੀ ਹੋ, ਜੇ ਤੁਹਾਡੇ ਜੀਵਨ ਦੇ ਵਿੱਚ ਚੰਗੇ ਗੁਣ ਨਹੀਂ ਤਾਂ ਤੁਸੀਂ ਅਧਰਮੀ ਹੋ। ਸੋ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਨਹੀਂ ਪਸੰਦ ਆਈ ਤਾਂ ਡਿਸਲਾਈਕ ਕਰੋ। ਜੇ ਤੁਹਾਡੇ 'ਚੋਂ ਵੀ ਕੋਈ ਵੀ ਮਨੁੱਖ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਪੁੱਛਣਾ ਚਾਹੁੰਦਾ ਹੋਵੇ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ, ਜਾਂ ਮੇਰੀ ਈਮੇਲ ਆਈਡੀ ਦੇ ਉੱਤੇ ਤੁਸੀਂ ਆਪਣਾ ਸਵਾਲ ਭੇਜ ਸਕਦੇ ਹੋ। ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਲ 'ਤੇ ਜ਼ਰੂਰ ਕਲਿੱਕ ਕਰਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪੁੱਜ ਜਾਵੇ। ਧੰਨਵਾਦ।